குருடனுக்கு தேடுவாரே பரமாத்மா பிரபுவும் கொய்யே பௌத வடி சக்தியான உந்தா கோய் பாராவார் அந்த ஹர் எக் கொய்யா கியோ நீ திசா ਕੋਈ ਬਹੁਤ ਵੱਡਾ ਮੰਨਦਾ ਹੈ ਕੋਈ ਉਸ ਤੋਂ ਛੋਟਾ ਕੋਈ ਕਿਵੇਂ ਕੋਈ ਕਿਵੇਂ ਉਹ ਹਰ ਇੱਕ ਵਾਸਤੇ ਇੱਕੋ ਹੀ ਹੈ ਕਿਉਂ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਬਹੁਤ ਸੇਵਕ ਨੇ ਕੋਈ ਤਾਂ ਉਹਨਾਂ ਨੂੰ ਮੰਨਦਾ ਕਿ ਨਿਰੰਕਾਰ ਅਕਾਲ ਪੁਰਖ ਬੜੇ ਵੱਡੇ ਸ਼ਕਤੀ ਹਨ ਕਿਸੇ ਨੇ ਮੰਨਿਆ ਨਿਰੰਕਾਰ ਹੈ ਸਾਡਾ ਰੱਬ ਹੈ ਕਿਸੇ ਮੰਨਿਆ ਬੜੇ ਸੰਤ ਨੇ ਮਹਾਂਪੁਰਸ਼ ਨੇ ਕਿਸੇ ਨੇ ਕਿਹਾ ਬਹੁਤ ਚੰਗੇ ਇਨਸਾਨ ਨੇ ਪਰ ਹਰ ਇੱਕ ਨੂੰ ਗੁਰੂ ਨਾਨਕ ਜੀ ਇੱਕੋ ਜਿਹੀ ਕਿਉਂ ਨਹੀਂ ਦਿਸੇ ਜੇ ਪਰਮੇਸ਼ਰ ਨੇ ਪਰਮਾਤਮਾ ਹਰ ਇੱਕ ਨੂੰ ਪਰਮਾਤਮਾ ਕਿਉਂ ਨਹੀਂ ਨਜ਼ਰ ਆਇਆ ਮਹਾਂਪੁਰਸ਼ਾਂ 'ਚ ਗੁਰੂਆਂ 'ਚ ਕੋਈ ਕਮੀ ਨਹੀਂ ਹੁੰਦੀ ਉਹਨਾਂ ਨੂੰ ਦੇਖਣ ਵਾਲੀਆਂ ਅੱਖਾਂ ਤਰ੍ਹਾਂ ਤਰ੍ਹਾਂ ਦੀਆਂ ਹੁੰਦੀਆਂ ਕੋਈ ਵੱਡਾ ਕੋਈ ਛੋਟਾ ਕੋਈ ਕਿਵੇਂ ਕੋਈ ਕਿਸ ਤਰ੍ਹਾਂ ਦੇਖਦਾ ਹੈ ਬਸ ਜਿਹੋ ਜਿਹੇ ਪੁੰਨ ਨੇ ਪਾਈ ਜਿੰਨੇ ਕੋਈ ਜੀਵ ਦੇ ਪੁੰਨ ਜਿੰਨੀ ਕੋਈ ਭਗਤੀ ਏ ਓਨਾ ਕੋ ਆਪਦਾ ਰੂਪ ਦਿਖਾਲਦਾ ਕਿਸੇ ਲਈ ਤਾਂ ਅਕਾਲ ਪੁਰਖ ਓਨੀ ਕੋਈ ਸ਼ਰਧਾ ਮਿਲਦੀ ਹੈ ਕਿਸੇ ਸਭਨਾ ਤੇ ਕਿਰਪਾ ਹੈ ਤੇਰੀ ਕਿਸੇ ਥੋੜੀ ਕਿਸੇ ਘਨੇਰੀ ਕਿਸੇ ਤੇ ਬਹੁਤ ਥੋੜੀ ਕਿਸੇ ਤੇ ਬਹੁਤ ਜ਼ਿਆਦਾ ਹੈ ਸਾਰਿਆਂ ਤੇ ਕਿਰਪਾ ਇੱਕੋ ਹੀ ਨਹੀਂ ਸਭ ਹੁਕਮ ਹੋਇਆ ਸੁਸਰੇ ਭਗਤ ਨੂੰ ਵੀ ਤੂੰ ਦੇਗ ਵੰਡ ਸਾਰਿਆਂ ਨੂੰ ਦੇਗ ਵੰਡ ਕੇ ਦੇ ਸਭ ਪ੍ਰਸ਼ਾਦ ਵੰਡ ਪ੍ਰਸ਼ਾਦ ਵੰਡਣ ਵਾਲਾ ਸਭ ਨੂੰ ਇੱਕੋ ਜਿਹੀ ਪ੍ਰਸ਼ਾਦ ਦਿੰਦਾ ਆਪਣਾ ਹੋਵੇ ਬੇਗਾਨਾ ਹੋਵੇ ਇਹ ਮਰਿਆਦਾ ਹੈ ਪ੍ਰਸ਼ਾਦ ਦੀ ਕਿ ਸਾਰੀ ਸੰਗਤ ਵਿੱਚ ਇੱਕੋ ਜਿਹੀ ਵੰਡਣਾ ਪਰ ਸੁਸਰਾ ਕਿਸੇ ਨੂੰ ਇੰਨਾ ਪ੍ਰਸ਼ਾਦ ਦੇ ਦਿੰਦਾ ਹੈ ਕਿਸੇ ਨੂੰ ਇੰਨਾ ਕਿਸੇ ਨੂੰ ਬਿਲਕੁਲ ਥੋੜਾ ਚੁੰਡੀ ਭਰ ਕੇ ਪ੍ਰਸ਼ਾਦ ਕਿਸੇ ਨੂੰ ਬੜਾ ਥੋੜਾ ਕਿਸੇ ਨੂੰ ਬਹੁਤ ਜ਼ਿਆਦਾ ਸ਼ਿਕਾਇਤ ਹੋ ਗਈ ਮਹਾਰਾਜ ਤੁਹਾਡਾ ਪ੍ਰਸ਼ਾਦ ਵਰਤਾਉਣ ਵਾਲਾ ਸੰਗਤਾਂ ਦੇ ਵਿੱਚ ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤਾ ਦਿੰਦਾ ਇੱਕ ਅੱਖ ਨਾਲ ਤੁਹਾਡਾ ਹੁਕਮ ਹੈ ਪ੍ਰਸ਼ਾਦ ਵਰਤਾਉਣਾ ਚਾਹੀਦਾ ਸਾਰੀ ਸੰਗਤ ਨੂੰ ਉਹ ਇੱਕ ਭਾਵ ਨਾਲ ਇੱਕ ਭਾਵਨਾ ਨਾਲ ਇੱਕੋ ਤਰ੍ਹਾਂ ਦਾ ਛਾਂਦਾ ਨਹੀਂ ਵਰਤਾਉਂਦਾ ਬੜਾ ਲਿਆ ਉਸ ਵੀ ਸੁਸਰਿਆ ਤੂੰ ਪ੍ਰਸ਼ਾਦ ਇੱਕੋ ਜਿਹਾ ਕਿਉਂ ਨਹੀਂ ਵੰਡਦਾ ਸਾਰਿਆਂ ਨੂੰ ਕਹਿੰਦਾ ਮਹਾਰਾਜ ਜੀ ਤੁਹਾਡੇ ਸੇਵਕ ਹਾਂ ਅਸੀਂ ਤਾਂ ਜਿਵੇਂ ਤੁਸੀਂ ਕਰਨਾ ਅਸੀਂ ਉਵੇਂ ਹੀ ਕਰਨਾ ਜਿਵੇਂ ਤੁਸੀਂ ਕਰਦੇ ਜੇ ਉਵੇਂ ਅਸੀਂ ਕਰਦੇ ਹਾਂ ਕਹਿੰਦੇ ਅਸੀਂ ਕੀ ਵੱਧ ਘੱਟ ਕਿਸੇ ਨਾਲ ਕਰਦੇ ਹਾਂ ਕਹਿੰਦਾ ਕਿਉਂ ਨਹੀਂ ਕਰਦੇ ਕਿਸੇ ਨੂੰ ਤੁਸੀਂ ਅਮੀਰ ਬਣਾ ਛੱਡਿਆ ਏ ਕੋਈ ਅੱਧ ਦੱਸ ਅਮੀਰ ਏ ਕੋਈ ਬਿਲਕੁਲ ਘੱਟ ਅਮੀਰ ਏ ਕਿਸੇ ਨੂੰ ਥੋੜਾ ਪੈਸਾ ਸਿੱਖ ਤੁਹਾਡੇ ਨੇ
ਕੋਈ ਤਾਂ ਬਹੁਤ ਵਾਇਆ ਚ ਖੇਡਦੇ, ਕੋਈ ਥੋੜੇ, ਕੋਈ ਕਿਵੇਂ, ਕੋਈ ਕਿਵੇਂ। ਤੁਸੀਂ ਦੱਸੋਗੇ ਤੁਸੀਂ ਸਾਰੇ ਸਿੱਖਾਂ ਨੂੰ ਇੱਕੋ ਜਿਹਾ ਦਿੱਤਾ। ਮੈਂ ਤਾਂ ਜਿਵੇਂ ਤੁਸੀਂ ਕਰਦੇ ਜੀ ਉਵੇਂ ਕੀਤਾ। ਤੁਸੀਂ ਵੀ ਕਿਸੇ ਨੂੰ ਵੱਡਾ, ਕਿਸੇ ਨੂੰ ਛੋਟਾ, ਕਿਸੇ ਨੂੰ ਬਹੁਤਾ, ਕਿਸੇ ਨੂੰ ਥੋੜਾ। ਤੇ ਮੈਂ ਤਾਂ ਜਿਵੇਂ ਤੁਸੀਂ ਕੀਤਾ ਮਹਾਰਾਜ, ਜਿਵੇਂ ਤੁਸੀਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਹੈ ਨਾ, ਮੈਂ ਉਵੇਂ ਵੰਡਿਆ। ਕਿਸੇ ਨੂੰ ਜ਼ਿਆਦਾ, ਕਿਸੇ ਨੂੰ ਥੋੜਾ, ਤੁਸੀਂ ਕੀ ਥੋੜਾ, ਤੁਸੀਂ ਥੋੜਾ ਇੱਕੋ ਜਿਹਾ ਦਿੰਦੇ ਜੀ। ਗੁਰੂ ਸਾਹਿਬ ਕਹਿੰਦੇ ਵੀ ਸਾਡੀ ਤਾਂ ਸਾਰਿਆਂ ਤੇ ਕਿਰਪਾ ਹੈ। ਇਹ ਸੰਭਾਲਣ ਤੇ ਆ, ਕਿਸੇ ਨੇ ਬਹੁਤ ਸੰਭਾਲ ਲਈ, ਕਿਸੇ ਨੇ ਥੋੜੀ ਸੰਭਾਲ ਲਈ। ਮੀਂਹ ਪੈਂਦਾ, ਕਿਸੇ ਨੇ ਪਾਣੀ ਵਧੀਆ ਸੰਭਾਲ ਲਿਆ, ਖੇਤੀ ਬੜਾਈ ਹੋਈ ਸੀ, ਲੋੜ ਸੀ। ਸਤਿਗੁਰ ਕਹਿੰਦੇ ਭਾਈ ਅਸੀਂ ਤਾਂ ਸਭ ਤੇ ਕਿਰਪਾ ਕੀਤੀ ਹੋਈ ਏ, ਪਰ ਸਿੱਖ ਕੋਈ ਥੋੜੀ ਸੰਭਾਲਦਾ ਏ। ਇਹਨਾਂ ਦੇ ਜਿਵੇਂ ਜਿਵੇਂ ਪਿਛਲੇ ਭਾਗ ਨੇ, ਕੋਈ ਬਹੁਤੀ ਲੈ ਜਾਂਦਾ ਏ, ਕੋਈ ਵਧਾ ਲੈਂਦਾ ਏ, ਕੋਈ ਘਟਾ ਲੈਂਦਾ ਏ। ਜਿਹੜੀ ਕਿਰਪਾ ਅਸੀਂ ਕਰਦੇ ਹਾਂ, ਕੋਈ ਘਟਾ ਲੈਂਦਾ ਉਸ ਨੂੰ, ਕੋਈ ਉਹਨੂੰ ਵਧਾ ਲੈਂਦਾ। ਹੋਰ ਮਹਾਂਪੁਰਸ਼ਾਂ ਦੀ ਬਖਸ਼ਿਸ਼ ਜਦੋਂ ਮਿਲੇ ਉਹਨੂੰ ਵੱਧ ਕੇ ਕਰੋ, ਵਧਾ ਕੇ ਕਰੋ। ਉਹ ਵਸਤੂ ਨੂੰ ਸੰਭਾਲ ਲਵੋ। ਗੁਰਦੀਨੀ ਵਸਤ ਕਬੀਰ ਕੋ ਕਹਿੰਦੇ ਮਿਲੀ, ਕਬੀਰ ਸਾਹਿਬ ਕਹਿੰਦੇ ਮੈਨੂੰ ਮਿਲ ਗਿਆ ਦਾਤਾ ਰੱਬ ਤੋਂ। ਕਬੀਰ ਗੁਰਦੀਨੀ ਵਸਤ ਕਬੀਰ ਕੋ ਲਈ ਵਸਤ ਸੰਭਾਲ। ਕਬੀਰ ਸਾਹਿਬ ਕਹਿੰਦੇ ਮੈਂ ਬਹੁਤ ਰੱਬ ਨੇ ਦਾਤਾ ਦਿੱਤੀਆਂ ਤੇ ਮੈਂ ਬੜੀਆਂ ਸੰਭਾਲੀਆਂ ਨੇ, ਬਹੁਤ ਸੰਭਾਲੀਆਂ। ਜਿਵੇਂ ਜ਼ਿਮੀਂਦਾਰ ਬੜੇ ਬੀਜ ਬਣਾ ਲੈਂਦਾ, ਬੜੀ ਫਸਲ ਪੈਦਾ ਕਰ ਲੈਂਦਾ, ਬੜੇ ਸੇਵਾ ਕਰ ਕਰਕੇ। ਇੱਕ ਆਦਮੀ ਕਣਕ ਦੀ ਬਿਜਾਈ ਕਰਦਾ, ਉਹ ਕਣਕ ਦਾ ਮੁੱਲ ਹੀ ਨਹੀਂ ਮੁੜਦਾ। ਇੱਕ ਆਦਮੀ ਕਈ ਮਣਾਂ ਮੂੰਹ ਹੀ ਵਧਾ ਲੈਂਦਾ। ਜਿਹਨੇ ਗੋਡੀਆਂ ਕੀਤੀਆਂ, ਪਾਣੀ ਲਾਏ, ਸਪਰੇ ਕੀਤੀ, ਹਰ ਖਿਆਲ ਰੱਖਿਆ, ਖਾਦ ਪਾਈ, ਉਹਦੇ ਝਾੜ ਵੱਧ ਗਏ। ਜਿਹਨੇ ਕੋਈ ਵੀ ਨਹੀਂ ਕੀਤਾ, ਉਹਦੇ ਨਾਲ ਗੰਦ ਉੱਗ ਪਿਆ, ਉਹਦੇ ਝਾੜ ਘੱਟ ਰਹੇ ਨੇ। ਗੁਰੂ ਦੀ ਦਿੱਤੀ ਹੋਈ ਦਾਤ ਨੂੰ ਸੰਭਾਲ ਲਵੋ ਤੇ ਹੁਸ਼ਿਆਰ ਹੋ ਜਾਓ, ਚੁਸਤ ਹੋ ਜਾਓ, ਝੋਲੀਆਂ ਭਰੀ ਜਾਓ। ਇਹ ਸਮੇਂ ਮਿਲਿਆ, ਗੁਰੂ ਸਾਹਿਬ ਨੇ ਬਖਸ਼ੇ ਨੇ। ਇਹ ਜਿੰਨੀਆਂ ਝੋਲੀਆਂ ਭਰ ਲਓਗੇ, ਜਿੰਨਾ ਵੱਧ ਸਮਾਂ ਬੈਠ ਜਾਓਗੇ, ਜਿੰਨਾ ਜਾ ਕੇ ਬੈਠ ਜਾਓਗੇ, ਜਿੰਨਾ ਹੋਰ ਸਿਮਰਨ ਨਾਲ ਕਰ ਲਓਗੇ। ਇੱਕ ਸਕੂਲ ਦੇ ਵਿੱਚ ਪੜ੍ਹਨ ਵਾਲੇ ਬੱਚੇ ਇੱਕ ਪੜ੍ਹ ਕੇ ਪਿੰਡ 'ਚ ਹੀ ਮਜ਼ਦੂਰੀਆਂ ਕਰਦੇ ਨੇ, ਇੱਕ ਪੜ੍ਹ ਪੜ੍ਹ ਕੇ ਅਫਸਰ ਬਣ ਜਾਂਦੇ ਆ, ਇੱਕ ਪੜ੍ਹ ਪੜ੍ਹ ਕੇ ਬਹੁਤ ਦੂਰ ਤੱਕ ਪਹੁੰਚ ਜਾਂਦੇ ਆ। ਇੱਕੋ ਹੀ ਸਕੂਲ 'ਚ ਪੜ੍ਹੇ ਹੋਏ ਵਿਦਿਆਰਥੀ ਕਿੱਥੇ ਦੇ ਕਿੱਥੇ ਪਹੁੰਚ ਜਾਂਦੇ ਆ। ਇਹ ਜਿੰਨੇ ਭਾਈ ਕਿਸੇ ਨੇ ਮਿਹਨਤ ਕਰ ਲਈ, ਪੜ੍ਹਾਈ ਦਾ ਇੱਕੋ ਜਿਹੀ ਮਿਲੀ ਹੈ ਨਾ, ਡਿਗਰੀ ਇੱਕੋ ਜਿਹੀ ਮਿਲੀ ਸਕੂਲ 'ਚੋਂ ਪੜ੍ਹ ਕੇ, ਇੱਕ ਉੱਥੇ ਹੀ ਗਲੀਆਂ ਨਾਲੀਆਂ ਸਾਫ਼ ਕਰਦਾ ਫਿਰਦਾ ਮਜ਼ਦੂਰੀ, ਅਤੇ ਇੱਕ ਬਾਦਸ਼ਾਹ ਬਣ ਕੇ ਬੈਠਾ ਵੱਡੇ ਵੱਡੇ ਸ਼ਹਿਰਾਂ ਪ੍ਰਦੇਸ਼ਾਂ ਦੇਸ਼ਾਂ 'ਚ ਜਾ ਕੇ। ਸਭਨਾ ਤੇ ਕਿਰਪਾ ਹੈ ਤੇਰੀ, ਕਿਸੇ ਥੋੜੀ ਕਿਸੇ ਘਨੇਰੀ, ਕਿਸੇ ਨੇ ਵਧਾ ਲਈ, ਕਿਸੇ ਨੇ ਘਟਾ ਲਈ, ਮੇਹਰ ਸਾਰਿਆਂ ਦੇ ਗੁਰਸਾਹਿਬ ਕਰਦੇ ਰਹੇ ਨੇ। ਦਾਤਾਂ ਸਭ ਦੀ ਝੋਲੀ ਵਿੱਚ ਪਈਆਂ ਨੇ, ਉਹ ਸਭ ਦਾ ਖਿਆਲ ਰੱਖਦੇ ਆ ਭਾਈ। ਕਿਸੇ ਨੇ ਸੰਭਾਲ ਲਈਆਂ, ਕਿਸੇ ਨੇ ਗਵਾ ਲਈਆਂ।